ਖੁਸ਼ਖਬਰੀ ਆਈ ਹੈ, ਖੁਸ਼ਖਬਰੀ ਖੁਸ਼ਖਬਰੀ ਕਾਜੀ, ਕਿਸ ਚੀਜ਼ ਦੀ ਖੁਸ਼ਖਬਰੀ ਹੈਗੀ ਹੈ ਦੱਸੋ ਨਾ ਯਾਰਾ, ਤੁਸੀਂ ਇੰਟਰਵਿਊ ਲੈਣ ਆਏ ਹੋ, ਤੁਸੀਂ ਵੀ ਦੱਸੋ। ਬਿਲਕੁਲ ਹੈ, ਮੈਨੂੰ ਇਹ ਦੱਸੋ ਖੁਸ਼ਹਾਲੀ ਹੈਗੀ ਹੈ ਇਸ ਤਰ੍ਹਾਂ, ਇਹ ਖੁਸ਼ਹਾਲੀ ਹੈਗੀ ਹੈ ਆਪ ਹੀ ਦਾ ਨਾ ਖੁਸ਼ਹਾਲੀ ਖੁਸ਼ਹਾਲੀ ਹੋ ਗਈ ਹੈ। ਸਾਡੇ 10,000 ਰੁਪਏ ਬਿੱਲ ਭਰ ਕੇ ਬੈਠਾ ਹੋਇਆ ਮੈਂ, ਇਕੱਲਾ ਕਰਦਾ ਲਾਗਾ ਘਰ ਦਾ ਤੇ ਫਾਲਤ ਖਾਲੀ ਹੈ ਤੇ। ਹਾਂਜੀ, ਇਮਰਾਨ ਖਾਨ ਬਿਜਲੀ ਮਹਿੰਗੀ ਕਰ ਗਿਆ ਕਦੀ, ਉਹ ਮਾਂ ਕੋਲੋਂ ਲੈ ਕੇ ਆਇਆ ਸੀ, ਇਮਰਾਨ ਖਾਨ ਮਾਂ ਕੋਲੋਂ ਲੈ ਕੇ ਆਇਆ ਸੀ ਜਾਂ ਮਾਂ ਕੋਲੋਂ ਲੈ ਕੇ ਆਏ ਨੇ, ਇਹ ਜੋ ਹਕੂਮਤ ਚਾਹੀਦੀ ਉਹ ਕਰਦੀ ਹੈ ਬਈ। ਤੁਹਾਨੂੰ ਕੌਣ ਲੱਗ, ਕਸੂਰਵਾਰ ਕੌਣ ਹੈ ਬਿਜਲੀ ਮਹਿੰਗੀ? ਆਵਾਮ ਕਸੂਰਵਾਰ ਹੈ, ਹਕੂਮਤ ਦਾ ਖਾਨਾ ਖਰਾਬ ਹੋ ਰਿਹਾ। ਨਹੀਂ ਚਾਚੂ, ਆਪ ਹੀ ਮਰੀਆਂ ਮਹਿੰਗੀ ਕਰ ਸਕਦੇ, ਸ਼ਵਾਸ ਕਰ ਸਕਦਾ? ਬਿਲਕੁਲ, ਉਹਨਾਂ ਦਾ ਆਖਿਆ ਹੁਕਮਰਾਨ ਕੌਣ ਹੈਗੇ ਨੇ? ਤੇ ਨਵਾਜ਼ ਸ਼ਰੀਫ ਦੇ ਦਿਲ ਤੇ ਬਿਜਲੀ ਡਿੱਗਦੀ ਸੀ। ਕਿੱਥੇ ਡਿੱਗਦੀ ਹੈ ਬਈ? ਉਹ ਕਹਿੰਦਾ ਬਿਜਲੀ ਉਹ ਘਰ ਸੋਨਾ ਏਸੀ 'ਚ ਬੈਠਾ ਹੋਇਆ। ਨਾ 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 ਨਾ, ਕਿੱਥੇ ਏਸੀ ਕੰਮ ਕਰ ਰਿਹਾ? ਮੈਨੂੰ ਪਤਾ ਲੱਗਿਆ ਕੰਮ ਕਰਦਾ ਪਿਆ, ਕੰਮ ਕਰਦਾ ਪਿਆ, ਛੱਡੋ ਜਿਹੜਾ ਕੰਮ ਕਰਦਾ ਪਿਆ ਬਈ, ਇਹ ਕੋਈ ਇਨਸਾਨੀਅਤ ਨਹੀਂ ਹੈਗੀ। ਗਰੀਬ ਕਿਰਾਏਦਾਰ ਕਿੱਥੋਂ ਬਿੱਲ ਭਰਨਗੇ? ਬੱਚਿਆਂ ਨੂੰ ਖਵਾਉਣਗੇ, ਕਿਰਾਇਆ ਦੇਣਗੇ, ਬਿੱਲ ਭਰਨਗੇ, ਕਿੱਥੇ ਜਾਣਗੇ? ਇਹ ਨਹੀਂ ਪਤਾ ਹੈਗਾ, ਕਿਰਾਏਦਾਰ ਵੀ ਦੁਨੀਆ ਵਸਦੀ ਹੈ ਬਈ, ਛੋਟੇ ਛੋਟੇ ਬੱਚੇ ਨੇ, ਉਹਨਾਂ ਦੇ ਕਿੱਥੋਂ ਲਿਆਉਣਗੇ, ਕਿੱਥੋਂ ਖਾਣਗੇ? ਇਨਸਾਨੀਅਤ ਕੀ ਇਹਨਾਂ ਦੀ? ਨਹੀਂ ਆਪ ਹੀ ਤੇ ਪਹਿਲਾਂ ਨਿੰਬੂ ਮੰਗੂ। ਆਪ ਹੀ ਅਜ਼ਮਾ ਬੁਖਾਰੀ ਤੇ ਕੱਲ ਖੁਸ਼ਖਬਰੀ ਸੁਣਾ ਰਹੀ ਸੀ। ਕਾਦੀ ਖੁਸ਼ਖਬਰੀ? ਉਹਨੇ ਖੁਸ਼ਖਬਰੀ ਬੇਸ਼ੱਕ ਜਾ ਕੇ ਮੇਰੀ ਉਹਨਾਂ ਨੂੰ ਕਾਲਾ ਸੁਣਾ ਦੇਣਾ, ਇਹ ਬਾਬਾ ਕਹਿੰਦਾ ਜੇ ਪਿਆ। ਚਾਚੂ ਤੁਸੀਂ ਮਨ ਹੀ ਮਨ ਮੇ ਪਿਆਰ ਨਹੀਂ ਕਰਦੇ ਮੀਆਂ ਸਾਹਿਬ? ਮੈਂ ਖੁਦ ਨੂ ਲੀਗ ਦਾ ਗਾਵਾ, ਨੂ ਲੀਗ ਦਾ ਗਾਵਾ ਤੇ ਫਿਰ ਮੈਂ ਨੂ ਲੀਗ ਦਾ, ਮੈਂ ਤੇ ਛੜਿਆ ਬਲੈ ਗੱਲ ਕਰਨਾ ਪਿਆ ਮੈਂ, ਮੈਂ ਕੋ ਇਮਰਾਨ ਖਾਨ ਪਾਰਟੀ ਦਾ ਨਹੀਂ ਹੈਗਾ। ਮੈਂ ਬਤਾ ਮੁੱਕ ਗਈਆਂ ਤੇ ਮੁਕਣਾ ਦੀ ਗੱਲ ਹੈ, ਕੀ ਕਰਦੇ ਪਏ ਨੇ ਉਹ ਮਕਾਨਾਂ ਦੀ ਗੱਲ ਕੰਮ ਕਰਦੇ ਪਏ ਨੇ? ਖੁਸ਼ਖਬਰੀ ਕਿਸ ਚੀਜ਼ ਦੀ ਖੁਸ਼ਖਬਰੀ ਦਿੰਦੇ ਪਏ ਨੇ? ਖੁਸ਼ਖਬਰੀ ਕਿ ਆਪ ਹੀ ਮਰੀਮ ਆ ਗਈ ਹੈ, ਸ਼ਬਾਜ਼ ਆ ਗਿਆ। ਕੀ ਕਰਦੀ ਹੈ ਬਈ? ਦਿਨ ਰਾਤ ਕੰਮ ਕਰ, ਝਾੜੂ ਫੇਰਦੀ ਹੈ ਬਈ ਇੱਥੇ ਆਣ ਕੇ, ਜਾਂ ਸਫਾਈਆਂ ਕਰਦੀ ਹੈ ਬਈ, ਪੁਲਿਸ ਦੀ ਯੂਨੀਫਾਰਮ ਨਹੀਂ ਪਾਈ, ਲੋਕਾਂ ਦੇ ਮੂੰਹ ਦੇ ਵਿੱਚੋਂ ਰੋਟੀ ਕਰਦੀ ਹੈ ਬਈ। ਕਿੱਥੇ ਗਈ ਕਣਕ, ਕਿੱਥੇ ਆਟਾ ਗਿਆ ਬਈ, ਕਿੱਥੇ ਆਟਾ ਗਿਆ, ਕਿੱਥੇ ਗਿਆ ਚੱਲੈ, ਇਹ ਨਹੀਂ ਪਤਾ ਹੈਗਾ। ਇਹ ਮਰੀਮ ਕੰਮ ਕੀਤਾ, ਪੈਟਰੋਲ ਮਹਿੰਗਾ, ਬੱਤੀ ਮਹਿੰਗੀ ਸੀ, ਗੈਸ ਮਹਿੰਗਾ। ਇੱਕ ਗੱਲ ਦੱਸੋ ਚਾਚੂ, ਤੁਸੀਂ ਮਾਸ਼ਾਅੱਲਾ ਚਿੱਟੀ ਦਾੜੀ ਰੱਖੀ, ਇੱਕ ਚੀਜ਼ ਦਾ ਤੇ ਕ੍ਰੈਡਿਟ ਦੇ ਦਿਓ, ਉਹ ਟਿਕਟੋਕ ਤੇ ਬਣਾ ਰਹੇ ਨੇ ਮਿਹਨਤ ਕਰਕੇ। ਕਿਹੜੀ ਟਿਕਟੋਕ ਬਣਾ ਰਹੇ ਨੇ? ਉਹ ਤੁਹਾਡੇ ਆਸੇ ਬੰਦੀ ਪਈ ਹੈ, ਸਾਡੇ ਆਸੇ ਬੰਦੀ ਪਈ, ਗੱਲ ਹੀ ਹੈ, ਤੁਹਾਡੇ ਆਸੇ ਬੰਦੀ ਹੈ ਵੀ, ਸਾਡੇ ਆਸੇ ਨਹੀਂ ਬੰਦੀ ਪਈ, ਅਸੀਂ ਅਨਪੜ੍ਹ ਆ, ਅਸੀਂ ਅਨਪੜ੍ਹ ਹੈਗਾ, ਸਾਡੇ ਕਿਸ ਚਾਚੇ ਦਾ ਰਾਂਝਾ ਰਾਜ਼ੀ ਨਹੀਂ ਹੁੰਦਾ ਜਦੋਂ ਆਪੀ ਮਰੀਆਂ ਨੂੰ ਟਿਕਟੋਕ 'ਚ ਵੇਖਣਾ? ਉਹ ਨਹੀਂ, ਅਸੀਂ ਨਹੀਂ ਖੁਸ਼ ਹੁੰਦੇ ਨਾ ਕਰ ਚਾਚਾ, ਇਹ ਜਿਹੜਾ ਕੰਮ ਹੁੰਦਾ ਪਹਿਲਾਂ ਕੋਈ ਇਨਸਾਨੀਅਤ ਵਾਲਾ ਕੰਮ ਨਹੀਂ ਹੈਗਾ ਬਾਬਾ ਜੀ। ਇਹ ਇਲਾਕਾ ਹੀ ਨੂਨ ਲੀਗ ਦਾ ਹੈਗਾ ਤੇ ਤੁਸੀਂ ਵੀ ਮੀਆਂ ਸਾਹਿਬ ਦਾ ਲੱਭ ਹੈਗੇ ਹੋ? ਨਾ ਜੀ ਨਾ, ਲੱਕ ਨਹੀਂ ਹੈ, ਲੱਕ ਟੁੱਟ ਗਿਆ ਮੀਆਂ, ਲੱਭ ਨਹੀਂ, ਲੱਕ ਟੁੱਟ ਗਿਆ, ਤੋੜ ਕੇ ਰੱਖਤਾ ਬਿੱਲੀ, ਇੰਨੇ ਇੰਨੇ ਲੱਕ ਤੋੜਿਆ, ਘਰਾਂ ਦੇ ਬਿੱਲੇ ਨੇ ਆ ਗਏ ਨੇ, ਮਰ ਥਾਂ ਛੱਡਿਆ ਆ, ਨਾ ਤਾਰ ਮੀਟਰ ਕੱਟਣ ਆ ਜਾਂਦੇ ਨੇ, ਇਹ ਕਿੰਨਾ ਦੀ? ਤੁਸੀਂ ਕਹੋ ਮੈਂ ਮੀਆਂ ਸਾਹਿਬ ਦਾ ਲਾਵਾ ਮੀਟਰ ਨਹੀਂ ਕੱਟਣਗੇ? ਕਿਉਂ ਕਹੋ ਜਿਹੜਾ ਚੈਲੰਜ ਹੈ ਤੋਂ ਸਾਡੇ ਲੱਗਦੇ ਨੇ, ਮੇਰੇ ਜਿਹੜੇ ਜਲ ਮੀਟਰ ਕੱਟਣ ਆਉਂਦੇ ਨੇ, ਮੀਟਰ ਕੱਟਣ ਮੁਸਲਿਮ ਲੀਗ ਹੈਗਾ, ਤਪਿਆ ਹੋਇਆ ਮੈਂ,
ਬਿਲਕੁਲ ਅੱਲਾ ਦੇ ਹੁਕਮ ਨਾਲ ਨਹੀਂ ਕਮਾਂਗੇ। ਅਪੀ ਮਰੀਅਮ ਮੀਆਂ ਸ਼ਬਾਜ਼ ਕਾਇਦੇ ਮਿਲਤ ਕਾਇਦੇ ਪਾਕਿਸਤਾਨ ਮੈਂ ਨਹੀਂ ਕਹਿੰਦਾ ਨੂਨ ਲੀਗ ਕਹਿੰਦੇ ਮੀਆਂ ਨਵਾਜ਼ ਚਾਚੂ ਤੁਸੀਂ ਪੀਟੀਆਈ ਨੇ ਤੁਹਾਨੂੰ ਕੁਛ ਨਹੀਂ ਕੀਤਾ ਤੁਹਾਨੂੰ ਪੀਟੀਆਈ ਨੇ ਖਰਾਬ ਕਰਤਾ ਆਪਦਾ ਕੀਦਾ ਕੁਛ ਨਹੀਂ ਕੀਤਾ ਪੀਟੀਆਈ ਕੋਲੋਂ ਅਸੀਂ ਦਾਣੇ ਲੈਣੇ ਆ ਉਹ ਜੇਲ੍ਹ ਚ ਬੈ ਕੇ ਤੁਹਾਡਾ ਜ਼ੇਨ ਖਰਾਬ ਕਰ ਰਿਹਾ ਤੂੰ ਦਾਣੇ ਪਾ ਕੇ ਦਿੰਦਾ ਪਿਆ ਵੇ ਅਸੀਂ ਤਾਂ ਸ਼ੁਰੂ ਤੋਂ ਨੂਨ ਲੀਗ ਤੇ ਹੁਣ ਵੀ ਨੂਨ ਲੀਗ ਦਾ ਬਾਕੀ ਇਹਨਾਂ ਦਾ ਕਰਦਾਰ ਭੈੜਾ ਹੈਗਾ ਕਰਦਾਰ ਅੱਛਾ ਨਹੀਂ ਹੈਗਾ ਉਹ ਜਦੋਂ ਵੋਟ ਆਵਾਮ ਨੂੰ ਕੀ ਲੀਫ ਦਿੱਤਾ ਇਹਨਾਂ ਨੇ ਦੱਸੋ ਮਰੀਅਮ ਔਰੰਗਜ਼ੇਬ ਨੇ ਤੇ ਆਪੀ ਨੂੰ ਗੁੱਸਾ ਆਇਆ ਹੋਇਆ ਜੇ ਆਪੀ ਮਰੀਅਮ ਗੁੱਸਾ ਆਇਆ ਤੇ ਆਪੇ ਹੀ ਆ ਜਾਏਗੀ ਘਰ ਮੇਰੇ ਏਡਾ ਗੁੱਸੇ ਲਈ ਵੇਖ ਲਾਂਗਾ ਜਦੋਂ ਘਰ ਆਏਗੀ ਮੇਰੇ ਜਾਂ ਜਦੋਂ ਮੈਨੂੰ ਚਕਾ ਕਿਉਂ ਇੰਨੇ ਬਾਗੀ ਕਿਉਂ ਹੋ ਗਏ ਹੋ ਬਾਗੀ ਕੋ ਮਹਿੰਗਾਈ ਤੋਂ ਇੱਕ ਮੈਂ ਮਰੀਜ਼ ਆਦਮੀ ਹੈਗਾ ਵਾ ਦੂਸਰਾ ਬਿੱਲ ਬਿੱਲਣਾ ਮਜ਼ਦੂਰੀ ਕਰਦਾ ਕੋਈ ਲੈਂਡਲੋਰਡ ਨਹੀਂ ਅਸੀਂ ਹੈਗੇ ਕਿਸੇ ਦਾ ਆਮ ਆਦਮੀ ਮਰ ਗਿਆ ਤੇ ਹੋਰ ਜਿੰਨਾ ਕਿਹੜਾ ਰਹਿ ਗਿਆ ਅਸਲਾਮ ਅਲੈਕੁਮ ਸਰ ਮਹਿੰਗੀ ਬਿਜਲੀ ਦਾ ਜ਼ਿੰਮੇਦਾਰ ਕੌਣ ਹੈ ਮੈਂ ਤੇ ਸਮਝਿਆ ਮੈਂ ਤੇ ਹਮਜ਼ਾ ਸਾਹਿਬ ਦੇ ਹਲਕੇ 'ਚ ਅੱਜ ਆਇਆ ਤੇ ਹਮਜ਼ਾ ਸਾਹਿਬ ਦੇ ਹਲਕੇ 'ਚ ਆ ਕੇ ਮੇਰੇ ਅੰਦਰੋਂ ਤੋਂ ਆਵਾਜ਼ ਆ ਰਹੀ ਹੈ ਏਕ ਕੌਮ ਏਕ ਆਵਾਜ਼ ਹਮਜ਼ਾ ਸ਼ਬਾਜ਼ ਹਮਜ਼ਾ ਸ਼ਬਾਜ਼ ਮੇਰਾ ਹਮਜ਼ਾ ਸਾਹਿਬ ਫਸਟ ਸਾਈਟ ਲਵ ਨੇ ਮੈਂ ਉਹਨਾਂ ਨੂੰ ਲਵ ਕਰਨਾ ਤੇ ਮੈਂ ਤੁਹਾਡਾ ਵੀ ਲਵ ਪੁੱਛਣਾ ਤੁਹਾਡਾ ਲਵ ਹਮਜ਼ਾ ਸਾਹਿਬ ਨਹੀਂ ਹੈਗੇ ਤੇ ਤੁਸੀਂ ਇਹ ਨਹੀਂ ਸਮਝਦੇ ਮਹਿੰਗੀ ਬਿਜਲੀ ਬਰਦਾਸ਼ਤ ਕਰਨੀ ਚਾਹੀਦੀ ਹੈ ਮੇਰਾ ਸ਼ਰੀਫ ਖਾਨਦਾਨ ਤੇ ਜ਼ਰਦਾਰੀ ਖਾਨਦਾਨ ਨਾਲ ਨਾਰਾਜ਼ ਹੋਵੇ ਅਸੀਂ ਉਹਨਾਂ ਨਾਲ ਸ਼ਬਾਨਾ ਰੋਜ਼ ਕੁਰਬਾਨੀਆਂ ਨਾ ਦਈਏ ਬਿਲਕੁਲ ਸਹੀ ਗੱਲ ਹੈ ਇਤਨੀ ਆਵਾਮ ਪਿਸ ਗਈ ਹੈ ਬਿਜਲੀ ਮਹਿੰਗੀ ਤੋਂ ਇਤਨੀ ਆਵਾਮ ਪਿਸ ਗਈ ਹੈ ਆਪਕੋ ਬਤਾ ਨਹੀਂ ਸਕਤੀ ਨਹੀਂ ਇਹ ਸਭ ਹਕੂਮਤ ਕਾ ਕਸੂਰ ਹੈ ਜੋ ਕਰ ਰਹੀ ਹੈ ਹਕੂਮਤ ਕਰ ਰਹੀ ਲੇਕਿਨ ਆਪ ਕਿਆ ਹਕੂਮਤ ਕੇ ਸਾਥ ਕੁਰਬਾਨੀ ਨਹੀਂ ਦੇਂਗੇ ਕਿਆ ਕੁਰਬਾਨੀ ਦੇ ਹਮਜ਼ਾ ਕੀ ਖਾਤਿਰ ਮੈਂ ਤਾਂ ਕਹਦਾ ਖੁਦਾ ਕੇ ਲਈ ਇਨਕਲਾਬ ਆਏ ਲਿਓ ਇਨਕਲਾਬ ਆਇਆ ਇਨਕਲਾਬ ਚਾਚਾ ਇਨਕਲਾਬ ਆਇਆ ਜਮਹੂਰੀਅਤ ਚਲੇ ਜਾਣੀ ਹੈ ਮੈਂ ਚਲੀ ਜਾਏ ਸ਼ਮਾ ਸ਼ਰੀਫ ਦੇ ਨਜ਼ਾਰੇ ਨਹੀਂ ਹੋਣੇ ਫੇਰ ਐਸੀ ਜਮਹੂਰੀਅਤ ਸਾਨੂੰ ਚਾਹੀਦੀ ਐਸੀ ਜਮਹੂਰੀਅਤ ਸਾਨੂੰ ਚਾਹੀਦੀ ਚਾਚਾ ਇਧਰੋਂ ਆਵਾਜ਼ ਆਉਂਦੀ ਸੀ ਐਸੀ ਜਮਹੂਰੀਅਤ ਸਾਨੂੰ ਚਾਹੀਦੀ ਨਹੀਂ ਫਿਰ ਕੌਣ ਕਹੇਗਾ ਇੱਕ ਵਾਰੀ ਫੇਰ ਸ਼ੇਰ ਨਾ ਕੋਈ ਸ਼ੇਰ ਛੋੜ ਨਹੀਂ ਨਹੀਂ ਤੁਸੀਂ ਕਹਿਣਾ ਇਹਨਾਂ ਕਿਤੇ ਕਹਿਣਾ ਕੋਈ ਸ਼ੇਰ ਛੋੜ ਨਹੀਂ ਚਾਚਾ ਨਾਰੇ ਦੇ ਬਗੈਰ ਲੋਕਾਂ ਨੂੰ ਖਾਣਾ ਹਜ਼ਮ ਨਹੀਂ ਹੁੰਦਾ ਖਾਣਾ ਹਜ਼ਮ ਨਹੀਂ ਹੁੰਦਾ ਇੱਕ ਪਲੇਟ ਦੇ ਵਿਕ ਜਾਂਦੇ ਨੇ ਇੱਕ ਪਲੇਟ ਦੇ ਵਿਕ ਜਾਂਦੇ ਨੇ ਇਹ ਲੋਕ ਜਿਹੜੇ ਨੇ ਹੁਣ ਇਹ ਇੱਕ ਪਲੇਟ ਸ਼ਹਿਨਸ਼ਾਹ ਇਰਾਨ ਹੈ ਨਾ ਸ਼ਹਿਨਸ਼ਾਹ ਇਰਾਨ ਹਾਂਜੀ ਆਪਣਾ ਇਰਾਨ ਦੇ ਵਿੱਚ ਅਗਰ ਉਹਨੇ ਮੁਲਕ ਦੇ ਨਾਲ ਗਰਦਾਰੀ ਕੀਤੀ ਸੀ ਨਾ ਉਹਨੂੰ ਆਪਣੇ ਮੁਲਕ ਜੇ ਕਵਰ ਦੀ ਜਗ੍ਹਾ ਨਹੀਂ ਸੀ ਮਿਲੀ ਰਜ਼ਾ ਸ਼ਾਹ ਪਹਿਲਵੀ ਠੀਕ ਹੈ ਨਾ ਉਹਨੂੰ ਬਰੂਨੇ ਮੁਲਕ ਜਾ ਕੇ ਦਫ਼ਨ ਹੋਇਆ ਤੇ ਮਗਰ ਜੇ ਇਹ ਕਰਦੇ ਪਏ ਨੇ ਆਪਣੀ ਆਵਾਮ ਦੇ ਨਾਲ ਜ਼ੁਲਮ ਆਪਣੀ ਆਵਾਮ ਦੇ ਨਾਲ ਜ਼ੁਲਮ ਕਰਦੇ ਪਏ ਨੇ ਨਵਾਜ਼ ਸ਼ਰੀਫ ਤੁਹਾਡੀ ਖਾਤਿਰ ਬਾਹਰੋਂ ਇਲਾਜ ਕਰਾ ਕੇ ਆਇਆ ਉਹ ਤਾਂ ਬਿਮਾਰ ਹੈਗਾ ਹੀ ਨਹੀਂ
ਇਨਸਾਨੀਅਤ ਹੈਗੀ ਏ ਜਿਹੜਾ ਬੱਚੇ ਰੋਟੀ ਕਮਾਉਂਦੇ ਲਾ ਕੇ ਕੱਢ ਦਿੰਦੇ ਨੇ ਬਾਹਰ ਇਨਸਾਨੀਅਤ ਚਾਚੂ ਹਮਜ਼ਾ ਸ਼ਬਾਸ ਦੇ ਹਲਕੇ ਚ ਖੜਾ ਮੈਂ ਕਿਹੋ ਜਿਹੀਆਂ ਗੱਲਾਂ ਸੁਣ ਰਿਹਾ ਕਿਹੋ ਜਿਹਾ ਮੈਂ ਕਿਹੋ ਜਿਹਾ ਗੱਲਾਂ ਕਰਾਂ ਉਹਨੂੰ ਸਿਰ ਦਾ ਤਾਜ ਬਣਾ ਲਈਏ ਚਾਚੂ ਲਵ ਹਮਜ਼ਾ ਬਣਾ ਉਹ ਲਵ ਤੁਹਾਡੇ ਵਾਸਤੇ ਹੈਗਾ ਸਾਡੇ ਵਾਸਤੇ ਕੋਈ ਨਹੀਂ ਹੈਗਾ ਤੁਸੀਂ ਨਹੀਂ ਗਾਣਾ ਸੁਣਿਆ ਕੌਮ ਕਾ ਹੀਰੋ ਕੌਮ ਕਾ ਨਾਜ਼ ਹਮਜ਼ਾ ਸ਼ਹਿਬਾਜ਼ ਇਹ ਗਲੀ 'ਚ ਮੈਂ ਕੰਪੇਨ ਕਰਨ ਆਉਂਦਾ ਸੀ ਤੁਸੀਂ ਲਾਉਂਦੇ ਸੀ ਤੇ ਲੁੱਡੀਆਂ ਪਾਉਂਦੇ ਸੀ ਲੁੱਡੀਆਂ ਪਾਉਂਦੇ ਅਸੀਂ ਦੇਖੋ ਮੇਰੀ ਚਾਚੂ ਤੈਨੂੰ ਕਸਮ ਹੈ ਇੱਕ ਸੈਕਿੰਡ ਮੈਂ ਤੈਨੂੰ ਗਾਣਾ ਸੁਣਾਉਣਾ ਹੁਣ ਲੁੱਡੀ ਪਾਏਗਾ ਇਹਦੇ 'ਚ ਇਹ ਗਾਣਾ ਸੁਣ ਕੌਮ ਕਾ ਹੀਰੋ ਕੌਮ ਕਾ ਨਾਜ਼ ਹਮਜ਼ਾ ਸ਼ਹਿਬਾਜ਼ ਇਹ ਸੁਣ ਲੈ ਗਾਣਾ ਇਹਦੇ ਤੋਂ ਲੁੱਡੀ ਪਾਏਗਾ ਹੁਣ ਤੂੰ ਕਰ ਮਰ ਜਾਵਾਂ ਤਾਂ ਨਹੀਂ ਪਾਵਾਂ ਕੀ ਹੋ ਗਿਆ ਤੁਹਾਨੂੰ ਮੁਲਕ ਵਾਸਤੇ ਸਾਨੂੰ ਬੰਦਾ ਚਾਹੀਦਾ ਹੈ ਮੁਲਕ ਵਾਸਤੇ ਜਿਹੜਾ ਮੁਲਕ ਦਾ ਹਾਮੀ ਹੋਵੇ ਇਹ ਮੁਲਕ ਦਾ ਦੁਸ਼ਮਣ ਨੇ ਇਹ ਗਰੀਬ ਦੋਸਤ ਨੇ ਨਾ ਇਹ ਗਰੀਬ ਦੋਸਤ ਨਹੀਂ ਗੇ ਇਹ ਹੈਗੇ ਨੇ ਅਗਲੇ ਨੂੰ ਵੱਢ ਕੇ ਖਾਣ ਵਾਲੇ ਸੁਣਾਈਏ ਇਹ ਦੋਸਤ ਨਹੀਂ ਗੇ ਇਹਨਾਂ ਨੂੰ ਅੰਦਰ ਆਈ ਜਾਓ ਇਹਨਾਂ ਦਾ ਪੇਟ ਭਰਦਾ ਹੀ ਨਹੀਂ ਇਹਨਾਂ ਦਾ ਪੇਟ ਹੀ ਨਹੀਂ ਭਰਦਾ ਇੰਨਾ ਜਿਹਾ ਨਵਾਜ਼ ਸ਼ਰੀਫ ਖਾਂਦਾ ਇੰਨਾ ਜਿਹਾ ਨਵਾਜ਼ ਸ਼ਰੀਫ ਤੇ ਆਪੀ ਤੇ ਮਾਸ਼ਾਅੱਲਾ ਆਪਣੀ ਹੈਲਥ ਦਾ ਖਿਆਲ ਰੱਖਦੇ ਹੋ ਤੇ ਖਾਣਾ ਹੀ ਨਹੀਂ ਖਾਂਦੇ ਸਰਕਾਰੀ ਉਹਨਾਂ ਨਸੀਬਾ ਹੀ ਨਹੀਂ ਹੋਣਾ ਉਹਨਾਂ ਨੇ ਨਸੀਬਾ ਹੀ ਨਹੀਂ ਹੋਣਾ ਹੁਣ ਕੌਮ ਨਾਲ ਜ਼ੁਲਮ ਕਰ ਰਹੇ ਨੇ ਚਾਚੂ ਸਰਦਾਰੀ ਸਾਹਿਬ ਨਾਲ ਮਿਲ ਕੇ ਖੁਸ਼ੀਆਂ ਮਨਾਉਣ ਲੱਗੇ ਨੇ ਤੁਹਾਡੀ ਮੇਰੇ ਲਈ ਇਹ ਜ਼ੁਲਮ ਕਰਦੇ ਪਏ ਨੇ ਜ਼ੁਲਮ ਆਵਾਮ ਦੇ ਨਾਲ ਇਹਨਾਂ ਦਾ ਬਿੱਲ ਮੇਰੇ ਮਹੱਲੇ ਦੇ ਵਿੱਚ ਇੱਕ ਮੇਰਾ ਮਸਾਇਆ ਉਹ ਵਿਚਾਰੇ ਦਾ ਬਿੱਲ ਆਇਆ ਤੇ ਉਹ ਦੇਖ ਕੇ ਉਹਨੂੰ ਹਾਰਟ ਅਟੈਕ ਹੋ ਗਿਆ ਹੋਸਪਿਟਲ ਚਲਾ ਗਿਆ ਉਹ 3 ਦਿਨ ਬਾਅਦ ਵਿਚਾਰਾ ਫੌਤ ਹੋ ਗਿਆ ਨਾ ਕਰੋ ਯਕੀਨ ਕਰੋ ਉਹ 3 ਦਿਨ ਬਾਅਦ ਬਿੱਲ ਵੇਖ ਕੇ ਉਹ ਕਹਿੰਦਾ ਮੈਂ ਕਿੱਥੋਂ ਦੇਵਾਂ ਕਾਰੋਬਾਰ ਨਹੀਂ ਗਿਆ ਮੈਂ ਕਿੱਥੋਂ ਬਿੱਲ ਦੇਵਾਂ ਮੈਂ ਕਿੱਥੋਂ ਲਿਆ ਕੇ ਦੇਵਾਂ ਵੀ ਇੱਜ਼ਤ ਬਚਾਵਾਂ ਕੀ ਕਰਾਂ ਦੱਸੋ ਇਹਨੇ ਬਿੱਲਾਂ ਇਹਨੇ ਬਿੱਲਾਂ ਜਿਹੜਾ ਆਉਂਦਾ ਉਹ ਗੈਸ ਦਾ ਬਿੱਲ ਆ ਗਈ 4,000 ਆ ਗਈ 40,000 ਆ ਗਈ 50,000 ਆ ਗਈ ਹੱਦ ਹੋਈ ਹੈ ਇਸ ਮੁਲਕ 'ਚ ਚੋਰ ਚੋਰ ਅੱਛਾ ਆਪ ਹੁਣ ਇਸ਼ਕ ਦੀਆਂ ਗੱਲਾਂ ਕਰੀਏ ਮੀਆਂ ਸਾਹਿਬ ਨੂੰ ਲੈਣ ਗਏ ਸੀ 21 ਨੂੰ 21 ਅਕਤੂਬਰ ਨੂੰ ਨਹੀਂ ਜੀ ਇੱਥੇ ਤਾਂ ਬਚਿਆ ਕੋਈ ਨਹੀਂ ਸੀ ਗਲੀ 'ਚ ਸਨਾਟਾ ਫਿਰ ਗਿਆ ਨਾ ਜੀ ਨਾ ਅਸੀਂ ਨਹੀਂ ਨਾ ਚਾਚੂ ਤੁਸੀਂ ਗਏ ਸੀ ਲੈਣ ਮੀਆਂ ਸਾਹਿਬ ਨੂੰ 21 ਨੂੰ ਮਹਿੰਗੀ ਬਿਜਲੀ ਦਾ ਜ਼ਿੰਮੇ